ਸੋ ਇੱਕ ਹੋਰ ਵੱਡੀ ਖਬਰ ਹੈ ਸੁਖਪਾਲ ਸਿੰਘ ਖਹਿਰਾ ਪੁਲਤ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੀ ਸੀਟ ਤੋਂ ਇਲੈਕਸ਼ਨ ਜਿੱਤੀ ਸੀ ਉਹ ਕਾਂਗਰਸ ਵਿੱਚ ਰਸਮੀ ਤੌਰ ਤੇ ਸ਼ਾਮਲ ਹੋਣ ਜਾ ਰਹੇ ਨੇ ਮੁੱਖ ਮੰਤਰੀ ਪੰਜਾਬ ਕਪਤਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਹੈ ਮੁੱਖ ਮੰਤਰੀ ਕਹਿ ਰਹੇ ਨੇ ਕਿ ਜਗਦੇਵ ਸਿੰਘ ਕਮਾਲੂ ਪਰਮਲ ਸਿੰਘ ਖਾਲਸਾ ਅਤੇ ਸੁਖਪਾਲ ਸਿੰਘ ਖਹਿਰਾ ਦਾ ਮੈਂ ਸਵਾਗਤ ਕਰਦਾ ਹਾਂ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਰਸਮੀ ਤੌਰ ਤੇ ਕਾਂਗਰਸ ਜੁਆਇਨ ਕਰਵਾ ਦਿੱਤੀ ਜਾਵੇਗੀ ਹਾਲਾਂਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਦਾ ਇਹ ਬਿਆਨ ਸੀ ਕਿ ਪੋਲਿਟਿਕਸ ਵਿੱਚ ਕੁਝ ਵੀ ਕਹਿਣਾ ਉਹ ਠੀਕ ਨਹੀਂ ਹੁੰਦਾ ਮੁਲਾਕਾਤ ਕੀਤੀ ਗਈ ਤੁਹਾਨੂੰ ਦੱਸ ਦਈਏ ਕੈਪਟਨ ਅਵਿੰਦਰ ਸਿੰਘ ਨੇ ਆਪਣੇ ਫੇਸਬੁੱਕ ਹੈਂਡਲ ਤੇ ਇਹ ਗੱਲ ਲਿਖੀ ਹੈ ਕਿ ਮੈਂ ਦਿੱਲੀ ਜਾਣ ਤੋਂ ਪਹਿਲਾਂ ਸੁਖਪਾਲ ਖਹਿਰਾ ਜਗਦੇਵ ਸਿੰਘ ਕਮਾਲੋ ਪਰਮਲ ਸਿੰਘ ਢੋਲਾ ਖਾਲਸਾ ਉਹਨਾਂ ਦਾ ਸਵਾਗਤ ਕਰਦਾ ਹਾਂ ਹਾਈ ਕਮਾਂਡ ਨਾਲ ਰابطਾ ਕਾਇਮ ਕਰਨ ਤੋਂ ਬਾਅਦ ਇਹ ਅਸੀਂ ਜੋਇਨ ਰਸਮੀ ਤੌਰ ਤੇ ਆਉਣ ਵਾਲੇ ਦਿਨ ਦੇ ਵਿੱਚ ਕਰਵਾਉਣ ਜਾ ਰਹੇ ਹਾਂ ਆਮ ਆਦਮੀ ਪਾਰਟੀ ਜਿਹੜੀ ਇਲੈਕਸ਼ਨਾਂ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਚੇਤਿਆ 2011 ਤੋਂ ਘੱਟੋ ਘੱਟ 150 ਬੰਦਾ ਬਾਹਰਲਾ ਯੂਪੀ ਵਗੈਰਾ ਦਾ ਦਿੱਲੀੋਂ ਲਿਆ ਕੇ ਇੱਥੇ ਪੰਜਾਬ ਵਿੱਚ ਬਿਠਾਤਾ ਸੀਗਾ ਇਹ ਸਿਰਫ ਕਹਿਣ ਲਈ ਨਹੀਂ ਮੈਂ ਕਹਿ ਰਿਹਾ ਪਰ ਕਾਂਗਰਸ ਦਾ ਜਿਹੜਾ ਵੀ ਪੀਸੀਸੀ ਪ੍ਰੈਜ਼ੀਡੈਂਟ ਹੁੰਦਾ ਜਾਂ ਪੰਜਾਬ ਦਾ ਚੀਫ ਮਿਨਿਸਟਰ ਜਾਂ ਪੰਜਾਬ ਦਾ ਚੀਫ ਮਿਨਿਸਟਰ ਫੇਸ ਹੁੰਦਾ 95% ਫੈਸਲੇ ਪੰਜਾਬ ਦੀ ਧਰਤੀ ਤੇ ਇੱਥੇ ਕਰਨ ਦੇ ਸਮਰੱਥ ਹੁੰਦੇ ਨੇ ਤੁਸੀਂ ਕੰਪੈਰੀਜ਼ਨ ਕਰ ਰਹੇ ਤੁਸੀਂ ਸ਼ਬਦ ਯੂਜ਼ ਕੀਤਾ ਸੀਗਾ ਖੁਦਮੁਖਤਿਆਰੀ ਦਾ ਇੱਥੇ 100 ਗੁਣਾ ਚੰਗੀ ਆ ਮੈਂ ਉੱਥੇ ਕੰਮ ਕਰਨ ਤੋਂ ਉਪਰੰਤ ਤੁਹਾਨੂੰ ਦੱਸ ਰਿਹਾ ਹਾਂ ਮੈਂ ਤਾਂ ਸਿਰਫ ਕੇਜਰੀਵਾਲ ਦੇ ਚਾਂਦਸਿਆਂ ਚ ਕਿ ਅਸੀਂ ਭਾਰਤ ਵਿੱਚ ਤਬਦੀਲੀ ਲਿਆਵਾਂਗੇ ਅਸੀਂ ਇੱਕ ਰਾਮ ਰਾਜ ਟਾਈਪ ਰਾਜਦਾਨ ਦੱਸੋ ਮੈਨੂੰ ਦਿੱਤਾ ਹੈ ਕੁਛ ਉਹੀ ਦਿੱਲੀ ਦੇ ਵਿੱਚ ਮੁਸਲਮਾਨਾਂ ਦੀ ਨਸਲ ਕੁਸ਼ੀ ਕੀਤੀ ਗਈ ਆ ਇਹਦੇ ਨੱਕ ਦੇ ਥੱਲੇ ਇਹਨੇ ਹਾਂ ਦਾ ਨਾਰਾ ਮਾਰ ਕੇ ਕਿਸੇ ਦਾ ਹਾਲ ਪੁੱਛਣ ਵੀ ਨਹੀਂ ਗਿਆ ਜਿੰਨੀ ਵਾਰ ਇਹਨਾਂ ਨੇ ਗਲਤ ਫੈਸਲੇ ਲਏ ਨੇ ਅਨ ਡੈਮੋਕਰੈਟਿਕ ਫੈਸਲੇ ਲਏ ਨੇ ਅੱਜ ਤੱਕ ਉਹਨਾਂ ਫੈਸਲਿਆਂ ਦੇ ਕਿਤੇ ਮੁੜ ਕੇ ਪਿੱਛੇ ਨਜ਼ਰਸਾਨੀ ਨਹੀਂ ਕੀਤੀ ਔਰ ਅੱਜ ਆਮ ਆਦਮੀ ਪਾਰਟੀ ਜਿਹੜੀ 2014 ਚ 25% ਤੇ ਸੀ ਉਹ ਅੱਜ 2-3% ਤੇ ਮਿਨਿਸਪੈਲਟੀਆਂ ਚ ਰਹਿ ਗਈ ਹੈ ਅਕਾਲੀ ਦਲ ਸਾਡੀ ਗਵਰਨਮੈਂਟ ਵਾਲੀ ਪਾਰਟੀ ਸੀਗੀ ਸਾਡੇ ਸਭ ਦੀ ਇੱਕ ਕਿਸਮ ਦੀ ਮਾਂ ਪਾਰਟੀ ਸੀ ਪਰ ਇਸ ਬਾਦਲ ਪਰਿਵਾਰ ਨੇ ਉਹਦਾ ਬੇੜਾਗਰ ਕਰ ਦਿੱਤਾ ਔਰ ਇਹ ਸਾਰੇ ਸਿਧਾਂਤ ਜਿਹੜੇ ਅਕਾਲੀ ਦਲ ਦੇ ਸੀ ਚਿੱਕੇ ਤੇ ਟੰਗ ਦਿੱਤੇ ਜਿਹੜੇ ਸਾਡੇ ਬਜ਼ੁਰਗਾਂ ਨੇ ਜਿ세ਦਾ ਲక్ష్మణ ਸਿੰਘ ਵਰਗਿਆਂ ਨੇ ਕੁਰਬਾਨੀਆਂ ਦੇ ਕੇ ਗੁਰਦੁਆਰੇ ਆਜ਼ਾਦ ਕਰਾਏ ਸੀ ਮਹੰਤਾਂ ਤੋਂ ਉਹ ਸਭ ਕੁਝ ਚਿੱਕੇ ਤੇ ਟੰਗਣ ਤੋਂ ਬਾਅਦ ਹੁਣ ਇੱਕ ਟੱਬਰ ਦੀ ਪਾਰਟੀ ਬਣ ਕੇ ਰਹਿ ਗਈ ਜਿਹੜਾ ਲੋਕ ਮਾੜਾ ਮੋਟਾ ਪੰਜਾਬ ਚ ਕਹਿੰਦੇ ਨਾ ਬਦਲ ਚਾਹੀਦਾ ਬਦਲ ਚਾਹੀਦਾ ਉਹ ਇਸੇ ਲਈ ਬਦਲ ਲੱਭ ਰਹੇ ਨੇ ਕਿਉਂਕਿ ਇਹ ਜਿਹੜੀ ਸਾਡੀ ਅਕਾਲੀ ਦਲ ਖੇਤਰੀ ਪਾਰਟੀ ਸੀ ਉਹਨੂੰ ਡਿਸਟਰਬ ਡਿਸਟਰੋਏ ਕਰਤਾ ਸੀ ਇਹਨਾਂ ਨੇ ਖਤਮ ਕਰ ਦਿੱਤਾ ਸੀ ਔਰ ਜੋ ਬੇਅਦਬੀਆਂ ਹੋਈਆਂ ਜੋ ਬਾਬਲ ਕਲਾਂ ਦੇ ਕਤਲ ਹੋਏ ਜੋ 10 ਸਾਲ ਵਿੱਚ ਇਹਨਾਂ ਨੇ ਲੁੱਟ ਘਸੁੱਟ ਕਰਕੇ ਇੱਕ ਆਪਣਾ ਇਲਗੋਠਨ ਵੈਲਥ ਦਾ एंपायर ਖੜਾ ਕੀਤਾ ਇਹਨਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਪੜਦਾ ਫਾਸ਼ ਕਰਨ ਵਾਸਤੇ ਇਸ ਪਲੈਟਫਾਰਮ ਤੇ ਆਉਣਾ ਬਹੁਤ ਬਹੁਤ ਲਾਜ਼ਮੀ ਸੀਗਾ ਕਿ ਬੀਜੇਪੀ ਜਿਹੜੇ ਮੈਂ ਤੁਹਾਨੂੰ ਅਵੇਲੇਬਲ ਜਿਹੜੇ ਪਲੈਟਫਾਰਮ ਦੀ ਗੱਲ ਕਰਦਾ ਉਹ ਨਫ਼ਰਤ ਦੀ ਪਾਰਟੀ ਬਣੀ ਹੋਈ ਆ ਸਾਡੇ ਕਿਸਾਨ 6 ਮਹੀਨਿਆਂ ਤੋਂ ਦਿੱਲੀ ਦੀ ਬਰੂਹਾਂ ਦੇ ਉੱਤੇ ਬੈਠੇ ਹੋਏ ਨੇ ਉਹ ਕਦੀ ਉਹਨਾਂ ਨੂੰ ਕਹਿੰਦੇ ਨੇ ਪਿਕਨਿਕ ਕਰਨ ਆਏ ਨੇ ਕਦੀ ਉਹਨਾਂ ਨੂੰ ਛੇਡਾਂ ਕਰਦੇ ਨੇ ਕਦੀ ਉਹਨਾਂ ਨੂੰ ਖਾਲਸਤਾਨੀ ਕਹਿੰਦੇ ਨੇ ਕਦੀ ਨਕਸਲਵਾਦੀ ਕਹਿੰਦੇ ਨੇ ਉਹਨਾਂ ਨੇ ਦੇਸ਼ ਦੇ ਕਿਸਾਨਾਂ ਦੀ ਤੋਹੀਨ ਤਾਂ ਕੀਤੀ ਕੀਤੀ ਸਾਡੇ ਸੂਬੇ ਦੇ ਕਿਸਾਨਾਂ ਦੀ ਵੀ ਤੋਹੀਨ ਕੀਤੀ ਹੈ ਇਸ ਲਈ ਉਹ ਨਫਰਤ ਦੀ ਪਾਤਰ ਪਾਰਟੀ ਹੈ ਇਟ ਵਾਸ ਉਹਨੂੰ ਆਪੋਜ਼ ਕਰਨਾ ਜੋ ਨੈਸ਼ਨਲ ਲੈਵਲ ਤੇ ਉਹਨਾਂ ਦਾ ਇੱਕ ਫਾਸਿਸਟ ਅਜੰਡਾ ਵਾ ਜੋ ਇੱਕ ਜੋ ਇੱਕ ਫਿਰਕਾ ਪ੍ਰਸਤੀ ਦੀ ਰਾਜਨੀਤੀ ਚਲਾਈ ਜਾ ਰਹੀ ਹੈ ਇਸ ਕਰਕੇ ਬੀਜੇਪੀ ਨੂੰ ਆਪੋਜ਼ ਕਰਨ ਵਾਸਤੇ ਵੀ ਇੱਕ ਸਾਡਾ ਇਹ ਵੱਡਾ ਕਾਰਨ ਹੈ ਸੁਖਪਾਲ ਖਹਿਰਾ ਹੁਣ ਕਾਂਗਰਸ ਜਾ ਕੇ ਐਕਸਪੋਜ਼ ਕਰਨਗੇ ਜਿਹੜੇ ਫਰੰਟ ਲੀ ਮੈਚ ਦਾ ਜ਼ਿਕਰ ਸੁਖਪਾਲ ਸਿੰਘ ਖਹਿਰਾ ਕਰਦੇ ਸੀ ਕਿ ਕੈਪਟਨ ਬਾਦਲ ਰਲੇ ਹੋਏ ਨੇ ਮਾਫੀ ਦੀਆਂ ਸੰਝਾਂ ਨੇ ਕਿ ਉਹ ਸ਼ਬਦ ਸੁਖਪਾਲ ਖਹਿਰਾ ਵਾਪਸ ਲੈਣਗੇ ਕਾਂਗਰਸ ਦਾ ਜੁਆਇਨ ਕਰ ਚੁੱਕੇ ਨਿਤਕਾ ਮੇਸ਼ਵਰੀ ਇਸ ਘਰ ਉਤੇ ਸੰ ਜਾਣ ਕਰ ਦੇ ਨਿਤਕਾ ਦੇਖੋ ਸਵਾਲ ਇੱਕੋ ਹੀ ਤੇ ਸਪਸ਼ਟ ਹੈ ਸੁਖਪਾਲ ਖਹਿਰਾ ਦਾ ਯੂ ਟਰਨ ਇਹ ਸਿਧਾਂਤਕ ਹੈ ਜਾਂ ਗੈਰ ਸਿਧਾਂਤਕ ਹੈ ਜਦੋਂ ਅਸੀਂ ਇਹ ਸਵਾਲ ਸੁਖਪਾਲ ਖਹਿਰਾ ਤੋਂ ਪੁੱਛਿਆ ਤਾਂ ਉਹਨਾਂ ਨੇ ਸਿਰਫ ਇੱਕ ਗੱਲ ਕਹੀ एवरीथिंग ਇਜ਼ ਫੇਅਰ ਇਨ ਲਵ ਐਂਡ ਵਾਰ ਤੇ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਪੋਜੀਸ਼ਨ ਦੇ ਵਿੱਚ ਸੀਗਾ ਉਦੋਂ ਵੀ ਮੈਂ ਸਵਾਲ ਚੁੱਕਦਾ ਰਿਆ ਹੁਣ ਮੈਂ ਜੇ ਇਹ ਪਾਰਟੀ ਜੁਆਇਨ ਕਰ ਲਈਏ ਮੈਂ ਮਾਈਨਿੰਗ ਮਾਫੀਆ ਦਾ ਮੁੱਦਾ ਹੁਣ ਵੀ ਚੱਕੂੰਗਾ ਮੈਂ ਸ਼ਰਾਬ ਮਾਫੀਆ ਦਾ ਮੁੱਦਾ ਹੁਣ ਵੀ ਚੱਕੂੰਗਾ ਬੇਅਦਬੀ ਮਾਮਲਿਆਂ ਨੂੰ ਲੈ ਕੇ ਹਾਲੇ ਵੀ ਆਪਣੀ ਆਵਾਜ਼ ਜਿਹੜੀ ਆ ਬੁਲੰਦ ਕਰੂੰਗਾ ਇਹ ਕਹਿਣਾ ਹੈ ਸੁਖਪਾਲ ਖਹਿਰਾ ਦਾ ਤੇ ਸਭ ਤੋਂ ਅਹਿਮ ਇਹ ਹੈ ਕਿ ਸੁਖਪਾਲ ਖਹਿਰਾ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਜੁਆਇਨ ਕਰਨਾ ਮੇਰਾ ਇੱਕ ਬਲੈਂਡਰ ਸੀ ਮੇਰੀ ਮਿਸਟੇਕ ਸੀ ਉਹਨਾਂ ਵੱਲੋਂ ਇਹ ਕਿਹਾ ਗਿਆ ਅੱਜ ਕੇਜਰੀਵਾਲ ਤੇ ਤੇ ਭਗਵੰਤ ਮਾਨ ਤੇ ਖੁੱਲ ਕੇ ਬਰਸੇ ਬਹੁਤ ਸਾਰੇ ਤੰਜੁਨਨਾਤੇ ਕਸੇ ਉਹਨਾਂ ਨੇ ਕਿਹਾ ਕਿ ਜੀ ਵਾਦ ਦੇਖੋ ਸਵਾਲ ਇਹ ਹੈ ਕਿ ਜਿਸਦਾ ਸੁਖਪਾਲ ਖੈਰਾ ਕਹਿ ਰਹੇ ਨੇ ਕਿ ਮੈਂ ਕਾਂਗਰਸ ਚ ਆ ਕੇ ਹੁਣ ਬੇਦਬੀਆਂ ਮਾਫੀਆ तमाम ਮੁੱਦੇ ਚੁੱਕਾਂਗਾ ਪਰ ਇਹਨਾਂ ਦੇ ਤਾਂ ਖਾਸਮ ਖਾਸ ਰਹਿੰਦੇ ਨਾ ਨਵਜੋਤ ਸਿੱਧੂ ਉਹ ਵੀ ਕਾਂਗਰਸ ਚ ਬੈਠ ਕੇ ਮੁੱਦੇ ਚੁੱਕਦੇ ਸੀ ਦੇਖ ਲਓ ਫਿਰ ਸਾਈਡ ਲਾਈਨ ਹੋਏ ਕਿ ਨਹੀਂ ਹੋਏ ਪਰ ਕਾਂਗਰਸ 'ਚ ਰਹਿ ਕੇ ਜੇ ਸੁਖਪਾਲ ਸਿੰਘ ਖਹਿਰਾ ਇਹ ਤਮਾਮ ਮੁੱਦੇ ਚੁੱਕਣਗੇ ਕਿ ਲੱਗਦਾ ਹੈ ਕਿ ਇਹ ਮੁੱਦੇ ਚੁੱਕਣ ਨਾਲ ਰਾਸ ਆ ਜਾਵੇਗਾ ਉਹਨਾਂ ਤੋਂ ਜਦੋਂ ਇਹ ਪੁੱਛਿਆ ਗਿਆ ਤਾਂ ਉਹਨਾਂ ਨੇ ਸਪੱਸ਼ਟ ਤੌਰ ਤੇ ਇਹ ਕਿਹਾ ਕਿ ਮੈਂ ਮੁੱਦੇ ਪਹਿਲਾਂ ਵੀ ਚੁੱਕਦਾ ਸੀ ਜਦੋਂ ਮੈਂ ਕਾਂਗਰਸ ਦੇ ਵਿੱਚ ਸੀਗਾ ਉਦੋਂ ਵੀ ਮੁੱਦੇ ਚੁੱਕਦਾ ਸੀ ਔਨ ਮੇਰੀ ਘਰ ਵਾਪਸੀ ਹੋਈ ਹੈ ਮੈਂ ਹੁਣ ਵੀ ਮੁੱਦੇ ਚੁੱਕੂਗਾ ਅਜਿਹਾ ਨਹੀਂ ਹੈ ਕਿ ਮੈਂ ਲੀਡਰ ਆਫ ਆਪੋਜੀਸ਼ਨ ਰਹਦੇ ਹੋਏ ਨਹੀਂ ਚੁੱਕੇ ਮੁੱਦੇ ਮੈਂ ਉਦੋਂ ਸਾਡੀ ਪਾਰਟੀ ਦੇ ਵਿੱਚ ਯਾਨੀ ਕਿ ਆਮ ਆਦਮੀ ਪਾਰਟੀ ਚ ਜਿਹੜੀਆਂ ਦਿੱਕਤਾਂ ਸੀ ਮੈਂ ਉਦੋਂ ਵੀ ਖੁੱਲਕੇ ਬੋਲਿਆ ਉਹਨਾਂ ਨੇ ਕਿਹਾ ਕਿ ਮੈਂ ਕੇਜਰੀਵਾਲ ਨੂੰ ਕੇਜਰੀਵਾਲ ਕਦੇ ਨਹੀਂ ਚਾਹੁੰਦੇ ਸੀਗੇ ਕਿ ਮੈਂ ਲੀਡਰ ਆਫ ਆਪੋਜੀਸ਼ਨ ਬਣਾ ਮੈਂ ਉਹਨਾਂ ਦੇ ਸਾਹਮਣੇ ਵੀ ਸਾਰੇ ਮੁੱਦੇ ਚੁੱਕੇ ਖੁਦਮੁਖਤਿਆਰੀ ਉਹਨਾਂ ਨੇ ਕਿਹਾ ਕਿ ਕਾਂਗਰਸ ਚ ਸੋ ਗੁਣਾ ਚੰਗੀ ਹੈ ਖੁਦਮੁਖਤਿਆਰੀ ਦੀ ਜੀ ਗੱਲ ਕੀਤੀ ਜਾਵੇ ਨਾਲੇ ਸੁਪਾਲ ਖਹਿਰਾ ਨੇ ਦੂਸਰੀ ਪਾਰਟੀਆਂ ਦਾ ਦੱਸਤਾ ਕਿ ਉਹਨਾਂ ਨੇ ਕਿਉਂ ਜੁਆਇਨ ਨਹੀਂ ਕੀਤੀ ਸ਼ਰਮਣ ਅਕਾਲੀ ਦਰ ਨੂੰ ਲੈ ਕੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਉਹ ਸਾਡੀ ਭਾਵੇਂ ਸਭ ਤੋਂ ਸਭ ਤੋਂ ਵੱਡੀ ਪਾਰਟੀ ਰਹੀ ਹੈ ਸਾਡੀ ਕਹਿ ਸਕਦੇ ਆ ਕਿ ਪੁਰਾਣੀ ਤੇ ਨਾਲ ਹੀ ਜਿਹੜੀ ਪੰਤਤ ਪਾਰਟੀ ਰਹੀ ਹੈ ਪਰ ਉਹਨਾਂ ਨੇ ਕਿਹਾ ਕਿ ਉਹਨੇ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਗੀ ਹੈ ਭਾਜਪਾ ਨੂੰ ਕਿਹਾ ਕਿ ਉਹਨਾਂ ਨੇ ਸਾਰਾ ਫੈਡਰਲ ਢਾਂਚਾ ਹੀ ਜਿਹੜਾ ਹੈ ਖਰਾਬ ਕਰ ਦਿੱਤਾ ਪਰ ਉਹਨਾਂ ਨੇ ਕਿਹਾ ਕਿ ਹੋਰ ਕੋਈ ਵਿਕਲਪ ਕਹਿ ਸਕਦੇ ਕਿ ਕਰ ਦਿੱਤਾ ਨਿਤਿਕਾ ਕਿ ਸਿਆਸਤ ਚ ਕੋਈ ਪਰਮਾਨੈਂਟ ਦੁਸ਼ਮਣ ਨਹੀਂ ਹੁੰਦਾ ਕੋਈ ਪਰਮਾਨੈਂਟ ਮਿੱਤਰ ਨਹੀਂ ਹੁੰਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਸੁਖਪਾਲ ਖੈਰਾ ਕਦ ਤੱਕ ਹੁਣ ਕਾਂਗਰਸ ਚ ਟਿੱਕੇ ਰਹਿੰਦੇ ਨੇ ਕਦ ਤੱਕ ਮਾਫੀ ਦਾ ਮੁੱਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਜਾ ਕੇ ਚੁੱਕਦੇ ਨੇ ਜਿਹਾ ਫਰੈਂਡਲੀ ਮੈਚ ਦਾ ਜਿਹੜਾ ਉਹ ਜ਼ਿਕਰ ਕਰਦੇ ਸੀ ਦੋਸਤਾਨਾ ਮੈਚ ਦਾ ਉਸ ਤੇ ਵੀ ਸਾਡੇ ਨਜ਼ਰਾਂ ਟਿੱਕੇ ਰਹਿਣਗੀਆਂ ਕਿ ਹੁਣ ਕਾਂਗਰਸ ਚ ਰਹਿ ਕੇ ਕਿਵੇਂ ਜਿਹੜੇ ਪੰਜਾਬ ਤੇ ਖੁਦਮੁਖਤਿਆਰੀ ਦੇ ਮੁੱਦੇ ਕਿ ਵਾਕਈ ਖੇਰਾ ਚੁੱਕਦੇ ਰਹਿਣਗੇ ਇਸ ਤੇ ਨਜ਼ਰਾਂ ਟਿਕੇ ਰਹਿਣਗੀਆਂ ਸੋ